ਸਤਿ ਸ਼੍ਰੀ ਅਕਾਲ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਮੂਹ ਆਗੂਆਂ ਅਤੇ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਸਾਰੇ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ 'ਤੇ ਸਵਾਲ ਉਠਾਏ ਅਤੇ ਕਿਹਾ ਕਿ ਕਾਫੀ ਨੁਕਸਾਨ ਹੋਇਆ ਹੈ ਪਰ ਸਰਕਾਰ ਵੱਲੋਂ ਉਹਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਬੇਘਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾਵੇ ਅਤੇ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਕੁਝ ਰਾਹਤ ਪ੍ਰਾਪਤ ਕਰ ਸਕਣ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਰਜਿੰਦਰ ਅਰੋੜਾ ਦੀ ਰਿਪੋਰਟ। ਅੱਜ ਸਾਡੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਲੁਧਿਆਣੇ ਦੇ ਵਿੱਚ ਮੀਟਿੰਗ ਹੋਈ ਜਿਸ ਦੇ ਜਿਹੜੇ ਪੰਜਾਬ ਦੇ ਵਿੱਚ ਅੱਜ ਹਾਲਾਤ ਐਮਰਜੈਂਸੀ ਵਾਲੇ ਬਣੇ ਹੋਏ ਆ। ਜਿਹੜੀ ਬਰਸਾਤ ਹੋ ਰਹੀ ਆ, ਬੇਮੌਸਮੀ ਕਹਿ ਲਈਏ, ਮੌਸਮੀ ਕਹਿ ਲਈਏ, ਵੱਧ ਬਰਸਾਤ ਹੋ ਰਹੀ ਆ, ਉਹਨੇ ਸਾਡੇ ਬਹੁਤ ਵੱਡਾ ਇੱਕ ਨੁਕਸਾਨ ਕਿਸਾਨਾਂ ਦਾ, ਮਕਾਨਾਂ ਦਾ, ਹਰ ਚੀਜ਼ ਦਾ ਵੱਡਾ ਨੁਕਸਾਨ ਕੀਤਾ। ਉਹਦੇ ਲਈ ਅਸੀਂ ਸਰਕਾਰ ਨੂੰ ਕਹਿਣ ਆਏ ਹਾਂ ਵੀ ਐਵੇਂ ਗੱਲਾਂ ਬਾਤਾਂ 'ਚ ਨਾ ਸਾਰ ਦਿਓ ਵੀ ਗਿਰਦਾਵਰੀਆਂ ਦੇ ਹੁਕਮ ਦੇ ਦਿੱਤੇ ਗਏ ਆ, ਜਿਵੇਂ ਪਿਛਲੀ ਵਾਰੀ ਵੀ ਸਾਡੇ ਨਾਲ ਹੋਇਆ, ਕਣਕ ਦਾ ਸਾਨੂੰ ਮੁਆਵਜ਼ਾ ਨਹੀਂ ਮਿਲਿਆ। ਸਰਕਾਰ ਪਿੰਡਾਂ 'ਚ ਜਾਵੇ, ਸਰਕਾਰ ਘਰਾਂ 'ਚ ਜਾਵੇ, ਸਰਕਾਰ ਜ਼ੀਰੋ ਗਰਾਊਂਡ 'ਤੇ ਜਾਵੇ, ਉੱਥੇ ਜਾ ਕੇ ਜਿਨ੍ਹਾਂ ਨੂੰ ਨੁਕਸਾਨ ਫੌਰੀ ਤੌਰ 'ਤੇ ਰਾਹਤ ਦੇਵੇ। ਕਈ ਲੋਕ ਤਾਂ ਰੋਟੀ ਤੋਂ ਵੀ ਵਾਂਝੇ ਨੇ, ਕਈ ਛੱਤਾਂ 'ਤੇ ਬੈਠੇ ਆ, ਉਹਨਾਂ ਨੂੰ ਫੌਰੀ ਤੌਰ 'ਤੇ ਮਦਦ ਦੀ ਲੋੜ ਆ। ਅਤੇ ਉਸ ਤੋਂ ਬਾਅਦ ਜਿਨ੍ਹਾਂ ਦਾ ਖੇਤਾਂ ਦਾ, ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋਇਆ, ਉਹਨੂੰ ਫੌਰੀ ਤੌਰ 'ਤੇ ਜਿਹੜਾ ਪੂਰਾ ਮੁਆਵਜ਼ਾ ਸਰਕਾਰ ਦੇਵੇ। ਜਿਵੇਂ ਮੱਕੀ ਜਿਹੜੀ ਮੰਡੀ 'ਚ ਪਈ ਆ ਹਜੇ ਫਸਲ, ਉਹਦੇ ਕਿੰਨਾ ਕੁ ਨੁਕਸਾਨ ਹੋਇਆ? ਮੱਕੀ, ਮੂੰਗੀ, ਉਹ ਸਾਡੀਆਂ ਜਿਹੜੀਆਂ ਨੇ ਪਈਆਂ ਨੇ ਖੇਤਾਂ 'ਚ ਵੀ ਖੜੀਆਂ ਨੇ, ਉਹਨਾਂ ਦਾ ਪੂਰਾ ਨੁਕਸਾਨ ਆ। ਜਿਹੜਾ ਝੋਨਾ ਸਾਡਾ ਲਾਇਆ ਹੋਇਆ ਸੀ, ਜਿਹਦੀ ਅਸੀਂ 4-5 ਹਜ਼ਾਰ ਲਵਾਈ ਦਿੱਤੀ ਆ, ਉਹਦੇ 'ਤੇ ਖਾਦ ਪਾਈ ਆ, ਉਹ 'ਤੇ ਕੱਦੂ ਕੀਤਾ, 8-7-10 ਹਜ਼ਾਰ ਅਸੀਂ ਉਹਦੇ ਉੱਪਰ ਲਾਇਆ, ਉਹ ਦੁਬਾਰਾ ਸਾਨੂੰ ਪਨੀਰੀ ਵੀ ਨਹੀਂ ਕਿਤੋਂ ਮਿਲਣੀ ਉਹਦੇ ਚਲਾਉਣ ਦੇ ਲਈ। ਉਹ ਵੀ ਬਹੁਤ ਵੱਡਾ ਨੁਕਸਾਨ ਆ, ਉੱਥੇ ਵੀ ਖੇਤਾਂ 'ਚ 5-5, 4-4 ਫੁੱਟ ਪਾਣੀ ਭਰ ਗਿਆ, ਕਿਉਂਕਿ ਇਹ ਨੁਕਸਾਨ ਆ। ਇਹਨਾਂ ਨੇ ਰਾਜਬਾਹੇ ਜਿਹੜੇ ਆ ਚੰਗੀ ਤਰ੍ਹਾਂ ਸਾਫ਼ ਨਹੀਂ ਸੀ ਕੀਤੇ, ਸੂਏ ਸਾਫ਼ ਨਹੀਂ ਸੀ ਕੀਤੇ, ਨਹਿਰਾਂ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਸੀ ਹੋਈ, ਦਰਿਆਵਾਂ ਦੇ ਬੰਨ ਨਹੀਂ ਸੀ ਮਜ਼ਬੂਤ ਕੀਤੇ, ਇਹਨਾਂ ਨੇ ਸਰਕਾਰ ਨੇ ਪੂਰੀ ਤਿਆਰੀ ਨਹੀਂ ਸੀ ਕੀਤੀ, ਉਹਦੇ ਕਰਕੇ ਇੱਕ ਵੱਡਾ ਨੁਕਸਾਨ ਸਾਡਾ ਹੋਇਆ। ਇੱਕ ਹੈਗਾ ਜਿਹੜਾ ਸਾਂਝਾ ਸਿਵਲ ਕੋਰਟ, ਉਹਦਾ ਅਸੀਂ ਜਿਹੜਾ ਬਿੱਲ ਲੈ ਕੇ ਸਰਕਾਰ ਆਉਣ ਦੀ ਤਿਆਰੀ 'ਚ ਆ, ਉਹਦਾ ਅਸੀਂ ਪੂਰਨ ਤੌਰ 'ਤੇ ਅੱਜ ਵਿਰੋਧ ਕੀਤਾ, ਕਿਉਂਕਿ ਉਹਦੇ ਨਾਲ ਜਿਹੜੇ ਸਾਡੇ ਸਮਾਜਿਕ ਰਿਸ਼ਤੇ ਟੁੱਟਦੇ ਨਜ਼ਰ ਆਉਂਦੇ ਆ, ਉਹਦੇ ਵਿੱਚ ਜਿਹੜੀ ਵੱਡਾ ਸਾਨੂੰ ਖਦਸ਼ਾ ਵੀ ਸਾਡੇ ਜ਼ਮੀਨਾਂ 'ਤੇ ਜਿਹੜੀ ਕਾਰਪੋਰੇਟ ਦੀ ਅੱਖ ਆ ਵੀ ਸਾਨੂੰ ਸੀਲਿੰਗ ਵਿੱਚ ਲਿਆ ਕੇ ਇਹ ਕਾਰਪੋਰੇਟਾਂ ਨੂੰ ਸਾਡੀ ਜ਼ਮੀਨ ਦੇਣਗੇ, ਸਾਡੇ 'ਤੇ ਸੀਲਿੰਗ ਦੀ ਹੱਦ ਲਾ ਦੇਣਗੇ, ਉਹ ਸਾਡੀ ਜ਼ਮੀਨ ਖੋਹੀ ਜਾਊਗੀ ਆਉਣ ਵਾਲੇ ਦਿਨਾਂ 'ਚ, ਸਾਡੇ ਘਰਾਂ 'ਚ ਕਲੇਸ਼ ਵਧਵਾ ਦੇਣਗੇ। ਉਹਦੇ ਲਈ ਅਸੀਂ ਉਹਦੀ ਵਿਰੋਧ ਕਰਦੇ ਹਾਂ ਵੀ ਉਹਦੀ ਕੋਈ ਲੋੜ ਨਹੀਂ ਹੈਗੀ, ਸਾਡਾ ਜੋ ਸਿਸਟਮ ਚੱਲਦਾ ਉਵੇਂ ਹੀ ਚੱਲਣਾ ਚਾਹੀਦਾ। ਅਤੇ ਤੀਜੀ ਅਸੀਂ ਜਿਹੜੀ ਮੰਗ ਕੀਤੀ ਆ ਵੀ ਜਿਵੇਂ ਹਰਿਆਣੇ ਵਾਲਿਆਂ ਨੇ ਕਿਹਾ, ਜਦ ਅਸੀਂ ਕੋਈ ਰਜਿਸਟਰੀ ਕਰਾ ਲੈਂਦੇ ਹਾਂ ਉਹਦੇ ਫੌਰੀ ਤੌਰ 'ਤੇ ਇੰਤਕਾਲ ਦੀ ਫੀਸ ਵੀ ਜਮ੍ਹਾਂ ਹੋ ਜਾਂਦੀ ਆ, ਪਰ ਉਹ ਇੰਤਕਾਲ ਦਰਜ ਨਹੀਂ ਹੁੰਦਾ, 4 ਸਾਲਾਂ ਬਾਅਦ ਅਸੀਂ ਮਾਲਕੀ ਦੇ ਖਾਨੇ 'ਚ ਆਉਂਦੇ ਹਾਂ। ਫੌਰੀ ਤੌਰ 'ਤੇ ਜਿੱਦਣ ਅਸੀਂ ਰਜਿਸਟਰੀ ਕਰਵਾ ਲੈਂਦੇ ਹਾਂ ਉਸੇ ਦਿਨ ਮਾਲਕੀ ਵਾਲੇ ਖਾਨੇ 'ਚ ਸਾਡਾ ਆ ਜਾਣਾ ਚਾਹੀਦਾ। ਇਹ ਅਸੀਂ ਅੱਜ ਕੀਤੀਆਂ ਨੇ। ਬਾਕੀ ਜਿਹੜੀਆਂ ਛੋਟੀਆਂ ਹੈਗੀਆਂ ਮੰਗਾਂ ਜਿਵੇਂ ਯੂਰੀਏ ਦੀ ਕਮੀ ਆ, ਉਹ ਫੌਰੀ ਤੌਰ 'ਤੇ ਪੂਰੀ ਕੀਤੀ ਜਾਵੇ। ਯੂਰੀਏ ਦੇ ਨਾਲ ਸਾਨੂੰ ਕੋਈ ਹੋਰ ਸਮਾਨ ਮਿਲਦਾ ਉਹਨਾਂ ਨੂੰ ਬੰਦ ਕੀਤਾ ਜਾਵੇ। ਅਵਾਰਾ ਡੰਗਰਾਂ ਦੀ ਸਮੱਸਿਆ ਆਈ ਆ, ਉਹਨਾਂ ਨੂੰ ਫੌਰੀ ਤੌਰ 'ਤੇ ਜਿਹੜਾ ਉਹਨਾਂ ਨੂੰ ਕਾਬੂ ਕੀਤਾ ਜਾਵੇ। ਬੜੇ ਚਿਰ ਲੰਮੇ ਸਮੇਂ ਤੋਂ ਬੰਦ ਕਰ ਰਹੇ ਹਾਂ। ਅਤੇ ਦੂਜੀ ਬਾਸਮਤੀ 'ਤੇ ਵੀ MSP ਦੀ ਅਸੀਂ ਮੰਗ ਕੀਤੀ ਆ ਵੀ ਉਹ ਬਾਸਮਤੀ ਵੀ ਅਸੀਂ ਹੁਣ ਲਾ ਰਹੇ ਹਾਂ, ਉਹਦਾ ਵੀ ਸਾਨੂੰ ਢੁੱਕਵਾਂ ਮੁੱਲ ਜਿਹੜਾ ਸਾਨੂੰ ਦਿੱਤਾ ਜਾਵੇ।